ਇਸ ਪਲਾਂਟ ਨੂੰ ਫੁੱਲ ਆਏ ਹੋਏ ਨੇ। ਇਹ ਸਾਡਾ ਇਹ ਵੀ ਲੈਮਨ ਦਾ ਪਲਾਂਟ ਹੈ, ਇਹਨੂੰ ਬੜੇ ਅੱਛੇ ਤਰੀਕੇ ਨਾਲ ਫੁੱਲ ਆਏ ਨੇ। ਇਹਨਾਂ ਫੁੱਲਾਂ 'ਚ ਨਿੰਬੂ ਬਣਦੇ ਨੇ ਅਤੇ ਅੱਜ ਕੱਲ੍ਹ ਇਹਨਾਂ ਨੂੰ ਜਿੰਨਾ ਹੀ ਪਾਣੀ ਕੰਮ أعوذ بالله من الشيطان الرجيم بسم الله الرحمن الرحيم السلام عليكم ورحمة الله وبركاته شہراز گارڈننگ آئیڈیل خوش آمدید ویلکم کہنے جناب تمہیں اپنے گارڈن اپنے کام امید کرنا سارے دوست ٹھیک ٹھاک ہوں گے سارے راضی خوشی ہوں گے لو سجنوں بیلیو دوستو ماؤں تے بہنوں تے بزرگوں اسی اج تانوں ویڈیو دینی ہے اپنی نرسری چ کام کردے ہوئے ہاں تے اج اسی کیڑا کام کر رہے ہیں اج اسی نیمبو دے پلانٹ دی تہاڈے نال گفتگو کران گے تے نیمبو دے پلانٹ دی آرزی شفٹنگ اسی کر رہے ہاں ਕਿ ਸਾਡਾ ਆਉਣ ਵਾਲੇ ਵਕਤ ਜਿਹੜਾ ਪਲਾਂਟ ਹੈ ਨਾ ਉਹ ਕਿਸੇ ਕਸਟਮਰ ਨੂੰ ਦਈਏ ਤਾਂ ਸਾਡਾ ਜ਼ਾਇਆ ਨਾ ਹੋਏ, ਸਾਨੂੰ ਲਾਹਾਂ ਨਾ ਮਿਲੇ, ਸਾਨੂੰ ਕੰਪਲੇਨ ਨਾ ਆਏ, ਸ਼ਿਕਾਇਤ ਨਾ ਹੋਏ। ਠੀਕ ਹੈ ਜੀ, ਅਤੇ ਤੁਸੀਂ ਇਹਨਾਂ ਨੇ ਮੇਰੇ ਨਾਲ ਨਾਲ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈੱਲ ਆਈਕੋਨ ਦੇ ਬਟਨ ਦਬਾਓ, ਦੋਸਤਾਂ ਨਾਲ ਸ਼ੇਅਰ ਕਰੋ ਅਤੇ ਮੁਕੰਮਲ ਵੀਡੀਓ ਵੇਖਿਓ। ਅਤੇ ਜਿਹੜੇ ਨਵੇਂ ਵੀਵਰਸ ਨੇ ਮੇਰੇ ਚੈਨਲ 'ਚ ਜਾਣ ਅਤੇ ਜਨਾਬ ਉੱਥੇ ਤੁਹਾਨੂੰ ਨਰਸਰੀ 'ਤੇ ਬਹੁਤ ਹੀ ਅੱਛੀਆਂ ਪਿਆਰੀਆਂ ਵੀਡੀਓ ਮਿਲਣਗੀਆਂ, ਕਿਚਨ ਗਾਰਡਨ 'ਤੇ ਬੜੀਆਂ ਪਿਆਰੀਆਂ ਵੀਡੀਓ ਮਿਲਣਗੀਆਂ, ਵੈਜੀਟੇਬਲ ਪਲਾਂਟਸ 'ਤੇ ਵੀਡੀਓ ਮਿਲਣਗੀਆਂ, ਫਲਾਵਰ ਪਲਾਂਟ 'ਤੇ, ਇਨਡੋਰ ਪਲਾਂਟ 'ਤੇ, ਆਊਟਡੋਰ ਪਲਾਂਟ 'ਤੇ, ਪੋਟ ਪਲਾਂਟ 'ਤੇ, ਯਾਨੀ ਕਿ ਗਮਲਿਆਂ ਵਾਲੇ ਪੌਦਿਆਂ 'ਤੇ, ਫਰੂਟ ਪਲਾਂਟ 'ਤੇ। ਜਿਸ ਤਰ੍ਹਾਂ ਕਿ ਮੇਰਾ ਕੈਮਰਾਮੈਨ ਤੁਹਾਨੂੰ ਦੱਸੇਗਾ ਕਿ ਮੈਂ ਨਰਸਰੀ ਵਾਲਾ ਅਤੇ ਨਰਸਰੀ 'ਚ ਮੁਖਤਲਿਫ ਮੈਂ ਪੌਦੇ ਲਾਏ ਹੋਏ ਨੇ ਅਤੇ ਅਲਹਮਦੁਲਿਲਾ ਮੇਰਾ ਕਾਰੋਬਾਰ ਹੈ ਅਤੇ ਕਦੀਮੀ ਕਾਰੋਬਾਰ ਅਲਹਮਦੁਲਿਲਾ। ਜਦੋਂ ਦੀ ਹੋਸ਼ ਸੰਭਾਲੀ, ਜਦੋਂ ਦੀ ਤਲੀਮ ਤੋਂ ਦੂਰੀ ਹੋਈ ਅਤੇ ਉਦੋਂ ਦਾ ਹੀ ਅਸੀਂ ਆਪਣੇ ਕੰਮ ਵੱਲ ਨੂੰ ਰੁਝਾਨ ਕੀਤਾ, ਇਹ ਸਾਡਾ ਕਾਰੋਬਾਰ ਹੈ। ਠੀਕ ਹੈ ਜੀ, ਲਓ ਵੀਵਰ ਜਿਸ ਤਰ੍ਹਾਂ ਕਿ ਤੁਹਾਨੂੰ ਵਿਖਾਇਆ, ਇਹ ਵੇਖੋ ਜੀ, ਇਹ ਲੈਮਨ ਦੇ ਪੌਦੇ ਨੂੰ ਪਿਵੰਦ ਲੱਗਿਆ। ਠੀਕ ਹੈ, ਇਹ ਲੈਮਨ ਦੇ ਪੌਦੇ ਨੂੰ ਮੈਂ ਪਿਵੰਦ ਲਾਇਆ ਅਤੇ ਇਹ ਕਿਆਰੀ 'ਚ ਸਾਰਾ ਸੀਜ਼ਨ ਮੈਂ ਲੈਮਨ ਵੇਚੇ ਨੇ, ਵੱਡੇ ਵੱਡੇ, ਅਤੇ ਇਹ ਛੋਟੇ ਪਲਾਂਟ ਬਚੇ ਨੇ ਆਪਣੇ ਕੋਲ। ਠੀਕ ਹੈ ਜੀ, ਇਹ ਖੱਟੀ ਤੋਂ ਪਲਾਂਟ ਹੁੰਦੇ ਨੇ ਤਿਆਰ, ਇਹ ਜਿਹੜਾ ਲੈਮਨ ਹੈ ਇਹਦੀ ਅਸੀਂ ਗੱਲ ਕਰ ਰਹੇ ਹਾਂ, ਇਹਨੂੰ ਚਾਈਨੀ ਲੈਮਨਸ ਬੋਲਦੇ ਨੇ, ਸਦਾ ਬਹਾਰ ਲੈਮਨ ਬੋਲਦੇ ਨੇ। ਠੀਕ ਹੈ, ਇਹ ਅਸੀਂ ਆਰਜੀ ਇਸ ਤਰ੍ਹਾਂ ਕੱਢ ਦੇਣਾ, ਇਹਨੂੰ ਪਲਾਸਟਿਕ ਦਾ ਤੋਰਾ ਲਾ ਕੇ, ਠੀਕ ਹੈ ਜੀ, ਪਲਾਸਟਿਕ ਦਾ ਤੋਰਾ ਲਾ ਕੇ ਆਰਜੀ ਕੱਢ ਦੇਣਾ ਤਾਂ ਕਿ ਸਾਡਾ ਕਸਟਮਰ ਤੁਹਾਡੇ ਕੋਲ ਦੁਬਾਰਾ ਜਦੋਂ ਮੰਗੇ ਅਤੇ ਇਹ ਆਰਜੀ ਲਾਉਣ ਦਾ ਤਰੀਕਾ ਦੋਸਤੋ। ਅਸੀਂ ਨਰਸਰੀ ਵਾਲੇ ਆਰਜੀ ਇਸ ਤਰ੍ਹਾਂ ਪਲਾਂਟ ਲਾਉਂਦੇ ਹਾਂ, ਸਾਡਾ ਕਸਟਮਰ ਜਦੋਂ ਮੰਗੇਗਾ ਸਾਡੇ ਕੋਲੋਂ, ਇਹ ਇੱਕ ਸਾਲ ਬਾਅਦ ਮੰਗੇ, 6 ਮਹੀਨੇ ਬਾਅਦ ਮੰਗੇ, ਸੁਬਹ ਹੀ ਮੰਗ ਲਏ, ਅਤੇ ਇਹਦੇ ਵਿੱਚ ਇਹਦੀ ਜੜ ਕਲੋਜ਼ ਰਹਿੰਦੀ ਹੈ ਇਸ ਪਲਾਂਟ ਦੀ। ਠੀਕ ਹੈ ਜੀ, ਇਸ ਵਾਸਤੇ ਇਹਨੂੰ ਇਹ ਗੱਠੂ ਚਾੜੀਦਾ, ਤੋੜਾ ਚਾੜੀਦਾ। ਹੁਣ ਤੁਹਾਨੂੰ ਦੋਸਤੋ ਬਿਹਤਰੀਨ ਟਿਪਸ ਇਹ ਹੈ ਕਿ ਇਹ ਵੇਖੋ ਸਾਡੇ ਇਸ ਪਲਾਂਟ ਨੂੰ ਫੁੱਲ ਆਏ ਹੋਏ ਨੇ, ਇਸ ਪਲਾਂਟ ਨੂੰ ਫੁੱਲ ਆਏ ਹੋਏ ਨੇ। ਇਹ ਸਾਡਾ ਇਹ ਵੀ ਲੈਮਨ ਦਾ ਪਲਾਂਟ ਹੈ, ਇਹਨੂੰ ਬੜੇ ਅੱਛੇ ਤਰੀਕੇ ਨਾਲ ਫੁੱਲ ਆਏ ਨੇ। ਇਹਨਾਂ ਫੁੱਲਾਂ 'ਚ ਨਿੰਬੂ ਬਣਦੇ ਨੇ ਅਤੇ ਅੱਜ ਕੱਲ੍ਹ ਇਹਨਾਂ ਨੂੰ ਜਿੰਨਾ ਹੀ ਪਾਣੀ ਕੰਮ ਲੱਗੇ ਓਨਾ ਹੀ ਬਿਹਤਰ ਹੁੰਦਾ। ਜਿਸ ਤਰ੍ਹਾਂ ਕਿ ਮਈ ਦਾ ਸ਼ੁਰੂ ਹੋਣ ਵਾਲਾ ਅਤੇ ਜਨਾਬ ਅਪ੍ਰੈਲ ਦੇ ਦਿਨ ਖਤਮ ਹੋਣ ਵਾਲੇ ਨੇ। ਠੀਕ ਹੈ ਜੀ, ਗਰਮੀ ਦੇ ਦਿਨ ਨੇ ਅਤੇ ਗਰਮੀ ਦੇ ਦਿਨਾਂ 'ਚ ਪੌਦੇ ਨੂੰ ਪਾਣੀ ਦੇਣਾ ਜ਼ਰੂਰ ਹੈ, ਪਰ ਇੱਕਦਮ ਜ਼ਿਆਦਾ ਵੀ ਨਹੀਂ ਦੇ ਦੇਣਾ ਕਿ ਉਹਦੀ ਅਫਜ਼ਾਇਸ਼ ਵਧੇ ਅਤੇ ਉਹ ਫਰੂਟਿੰਗ ਵੱਲ ਨੂੰ ਨਾ ਆਏ। ਠੀਕ ਹੈ ਦੋਸਤੋ, ਅਤੇ ਤੁਸੀਂ ਮੇਰੇ ਨਾਲ ਨਾਲ ਰਹਿਣਾ, ਮੇਰੇ ਚੈਨਲ ਸਬਸਕ੍ਰਾਈਬ ਕਰੋ, ਵੀਡੀਓ ਮੇਰੀ ਆਖਰ ਤੱਕ ਵੇਖੋ ਅਤੇ ਮੈਂ ਤੁਹਾਨੂੰ ਮੁਖਤਲਿਫ, ਮੇਰਾ ਕੈਮਰਾਮੈਨ ਜਾਂਦਾ ਅਤੇ ਮੁਖਤਲਿਫ ਪਲਾਂਟਾਂ ਦੀਆਂ ਤੁਹਾਨੂੰ ਅੱਜ ਸੈਰ ਵੀ ਕਰਾਉਂਦੇ ਹਾਂ ਅਤੇ ਨਾਲ ਨਾਲ ਤੁਹਾਨੂੰ ਮੈਂ ਆਪਣੇ ਲਾਉਂਦੇ ਹੋਏ ਕੰਮ ਕਰਦੇ ਹੋਏ ਨਰਸਰੀ 'ਚ ਤੁਹਾਨੂੰ ਵਿਖਾਉਂਦਾ।
ਕਿਵੇਂ ਹਥਿਆਰ ਦੱਸ ਲਓ ਬਈ ਵੀਵਰਸ, ਸਾਡੇ ਬਜ਼ੁਰਗ ਸਾਡੇ ਨਾਲ ਨੇ ਅਤੇ ਸਾਨੂੰ ਪੌਦੇ ਲਿਆ ਲਿਆ ਕੇ ਦੇ ਰਹੇ ਨੇ। ਇੱਥੇ ਅਸੀਂ ਲਾਉਂਦੇ ਹਾਂ ਪੌਦੇ ਅਤੇ ਇਸ ਜਗ੍ਹਾ ਨੂੰ ਇਹ ਮੇਰੇ ਕੋਲ ਅਲਹਮਦੁਲਿਲਾ ਕਿੰਨੂ ਹੈ ਤਿਆਰ ਅਤੇ ਬਹੁਤ ਹੀ ਪਿਆਰਾ ਅਤੇ ਬੜੇ ਅੱਛਾ ਕਿੰਨੂ ਹੈ। ਅਤੇ ਇਹ ਸਾਡੇ ਕੋਲ ਇਹ ਤਨਾ ਜਿਹੜਾ ਇਸ ਪਲਾਂਟ ਦਾ, ਇਹ ਵੀ ਵੇਖੋ ਇਹ ਸਾਡਾ ਕੰਘੀ ਪਾਮ ਦਾ ਪਲਾਂਟ ਹੈ। ਵੱਡੇ ਗਮਲੇ 'ਚ ਵੀ ਲਾਏ ਹੋਏ ਨੇ, ਨਿੱਕਿਆਂ 'ਚ ਵੀ ਲਾਏ ਹੋਏ ਨੇ। ਆਪਣੀ ਨਰਸਰੀ ਦਾ ਵਿਊ ਹੈ ਸਾਡੀ ਦਾ ਅਤੇ ਬੜਾ ਅੱਛੇ ਤਰੀਕੇ ਨਾਲ ਤੁਹਾਨੂੰ ਮਾਸ਼ਾਅੱਲਾ ਅਲਹਮਦੁਲਿਲਾ ਮੇਰਾ ਕੈਮਰਾਮੈਨ ਅੱਛੇ ਅੰਦਾਜ਼ ਨਾਲ ਤੁਹਾਨੂੰ ਸੈਰ ਕਰਾ ਰਿਹਾ। ਅਤੇ ਅੱਜ ਤੁਹਾਨੂੰ ਜਿਹੜੀ ਵੀਡੀਓ ਦੇਣੀ ਹੈ ਇਸੇ ਪੌਦੇ ਦੇ ਮਤਲਬ ਦੇਣੀ ਹੈ ਕਿ ਲੈਮਨ ਦੀਆਂ ਨਸਲਾਂ ਬਹੁਤ ਜ਼ਿਆਦਾ ਹੁੰਦੀਆਂ ਦੋਸਤੋ। ਅੱਜ ਲੈਮਨ ਦੀਆਂ ਵਰਾਇਟੀਆਂ ਦੇ ਮਤਲਬ ਤੁਹਾਡੇ ਨਾਲ ਗੁਫ਼ਤਗੂ ਕਰਨੇ ਆ। ਸਾਡੇ ਲੈਮਨ ਦੀਆਂ ਵਰਾਇਟੀਆਂ ਜਿਹੜੀਆਂ ਨੇ ਉਹ ਕਿੰਨੀਆਂ ਨੇ, ਕਿੰਨੀਆਂ ਕੁ ਮੈਨੂੰ ਮਾਲੂਮਾਤ ਹੈ ਦੋਸਤੋ। ਲੈਮਨ ਦੀ ਸਭ ਤੋਂ ਬਿਹਤਰੀਨ ਵਰਾਇਟੀ ਦੇਸੀ ਨਿੰਬੂ ਹੁੰਦਾ, ਉਹ ਬੀਜ ਤੋਂ ਤਿਆਰ ਹੁੰਦਾ। ਅੱਜ ਤੱਕ ਮੈਂ ਤੁਹਾਨੂੰ ਲੈਮਨ ਦਾ ਬੀਜ ਦੇ ਮਤਲਬ ਗੱਲ ਨਹੀਂ ਕੀਤੀ ਕਿ ਬੀਜ ਤੋਂ ਕਿਹੜਾ ਲੈਮਨ ਤਿਆਰ ਹੁੰਦਾ, ਉਹ ਦੇਸੀ ਹੁੰਦਾ। ਅਤੇ ਉਹ ਸਾਡੇ ਇਸ ਏਰੀਏ ਚੜ੍ਹਦੇ ਪੰਜਾਬ ਵਾਲੇ ਪਾਸੇ, ਜਿਸ ਤਰ੍ਹਾਂ ਮੈਂ ਤੁਹਾਨੂੰ ਕਈ ਬਾਰਹਾ ਵੀਡੀਓ ਤਾਂ ਦੱਸੀ ਹੈ ਕਿ ਮੈਂ ਚੜ੍ਹਦੇ ਪੰਜਾਬ ਵਾਲੇ ਪਾਸੇ ਹਾਂ। ਅਤੇ ਚੜ੍ਹਦੇ ਪੰਜਾਬ ਵਾਲੇ ਪਾਸੇ ਸਾਡੇ ਇੱਧਰ ਜਿਹੜਾ ਨਾ ਇਸ ਏਰੀਏ 'ਚ ਦੇਸੀ ਨਿੰਬੂ ਨੂੰ ਕੋਈ ਐਡਾ ਮਕਬੂਲੀਅਤ ਨਹੀਂ। ਇੱਥੇ ਚਾਈਨੀਜ਼ ਨਿੰਬੂ ਹੈ ਅਤੇ ਚਾਈਨੀਜ਼ ਨਿੰਬੂ ਜਿਹੜਾ ਉਹ ਪੇਵੰਦ ਵਾਲਾ ਹੈ, ਅਤੇ ਜਿਹੜਾ ਪੇਵੰਦ ਵਾਲਾ ਨਿੰਬੂ ਹੈ ਉਹ ਦੋਸਤੋ ਉਹ ਹੀ ਹੈ ਪੰਜਾਬ ਵਾਲਾ। ਇਹ ਮੇਰੇ ਹੱਥ 'ਚ ਹੈ, ਜਿਸ ਤਰ੍ਹਾਂ ਕਿ ਅੱਗੇ ਵੀ ਤੁਹਾਨੂੰ ਮੈਂ ਵਿਖਾਇਆ ਕਿ ਇਹ ਪੇਵੰਦ ਲੱਗਿਆ। ਇਹ ਖੱਟੀ ਦੇ ਉੱਤੇ ਪਿਉਣਕਾਰੀ ਇਹਦੀ ਹੁੰਦੀ ਹੈ ਅਤੇ ਇਹ ਸਦਾਬਹਾਰ ਪਲਾਂਟ ਹੁੰਦਾ। ਅਤੇ ਸਦਾਬਹਾਰ ਦਾ ਮਤਲਬ ਇਹ ਕਿ ਐਵਰੀ ਗ੍ਰੀਨ ਫਰੂਟ ਹੁੰਦਾ, ਯਾਨੀ ਕਿ 12 ਮਹੀਨੇ ਇਹਨੂੰ ਫਰੂਟ ਲੱਗਦਾ। ਅਤੇ ਇਹ ਜਿਹੜਾ ਅਮਲ ਅਸੀਂ ਕਰ ਰਹੇ ਹਾਂ ਇਹ ਇਸ ਵਾਸਤੇ ਕਰ ਰਹੇ ਹਾਂ ਕਿ ਸਾਡਾ ਆਉਣ ਵਾਲੇ ਵਕਤ 'ਚ ਪੌਦਾ ਮਜ਼ਬੂਤ ਤਰੀਨ ਹੋਏ, ਅਫਜ਼ਾਇਸ਼ ਬੇਸ਼ੱਕ ਥੋੜ੍ਹੀ ਹੋਏ ਪੌਦੇ ਦੀ, ਪਲਾਂਟ ਦੀ ਅਫਜ਼ਾਇਸ਼ ਬੇਸ਼ੱਕ ਥੋੜ੍ਹੀ ਹੋਏ, ਪਰ ਇਹ ਪਲਾਂਟ ਸਖਤ ਅਤੇ ਸਦਾਬਹਾਰ ਹੋਏ। ਸਖਤ ਦਾ ਮਤਲਬ ਕਿ ਇਹ ਮਰੇ ਨਾ, ਜਦੋਂ ਕਸਟਮਰ ਨੂੰ ਕੱਢ ਕੇ ਦੇਈਏ ਉਹ ਆਪਣੇ ਪੋਟ 'ਚ ਲਾਏ, ਆਪਣੀ ਗਮਲੇ 'ਚ ਲਾਏ। ਅਤੇ ਇਸ ਪਲਾਂਟ ਨੂੰ ਦੋਸਤੋ ਗਮਲੇ 'ਚ ਵੀ ਲਾ ਸਕਦੇ ਹਾਂ, ਬਾਸਕਟ 'ਚ ਵੀ ਲਾ ਸਕਦੇ ਹਾਂ। ਜਿਹੜੇ ਮੇਰੇ ਨਵੇਂ ਵਿਵਰਸ ਨੇ ਉਹਨਾਂ ਵਾਸਤੇ ਬਿਹਤਰੀਨ ਟਿਪਸ ਹੈ ਕਿ ਮੈਂ ਲੈਮਨ ਦੇ ਮਤਲਬ ਹੀ 5-6 ਵੀਡੀਓ ਅਪਲੋਡ ਕਰ ਚੁੱਕਿਆ ਅਤੇ ਅੱਜ ਮੈਂ ਲਾਉਣਾ ਸੀ ਜ਼ਮੀਨ 'ਚ ਆਪਣੇ ਪਲਾਂਟ। ਕਿਉਂ ਕਿ ਗਰਮੀ ਦੀ ਸ਼ਿੱਦਤ ਆ ਗਈ ਹੈ ਅਤੇ ਬਾਹਰ ਪਏ ਜਿਹੜੇ ਨੇ ਮੁਤਾਸਰ ਵੀ ਹੋ ਸਕਦੇ ਨੇ, ਖਰਾਬ ਵੀ ਹੋ ਸਕਦੇ ਨੇ, ਡੈਮੇਜ ਵੀ ਹੋ ਸਕਦੇ ਨੇ। ਅਤੇ ਦਿਲ 'ਚ ਖਿਆਲ ਆਇਆ ਕਿ ਇਹ ਤੁਹਾਨੂੰ ਅੱਛਾ ਜਿਹਾ ਟਿਪਸ ਦੇਈਏ, ਅੱਛੀ ਜਿਹੀ ਮੁਲਾਕਾਤ ਕਰੀਏ ਤੁਹਾਡੇ ਨਾਲ। ਅਤੇ ਲਓ ਸੱਜਣੋ ਇਹ ਵੇਖੋ ਸਾਡਾ ਅਲਹਮਦੁਲਿਲਾ ਇਸ ਤਰ੍ਹਾਂ ਕਰਕੇ ਇਹ ਤੋਰਾ ਲਾਉਣ ਦਾ ਮਕਸਦ ਇਹ ਹੈ ਕਿ ਜਾਰ ਏਰੀਏ ਦੇ ਵਿੱਚ ਕਲੋਜ਼ ਰਹੇ ਅਤੇ ਪੌਦਾ ਠੰਡਾ ਰਹੇ ਅਤੇ ਚੱਲਿਆ ਰਹੇ ਅਤੇ ਇੱਥੋਂ ਬਹਾਲ ਰਹੇ। ਇਹ ਦੋਸਤੋ ਕਈ ਦਫ਼ਾ ਸਾਡਾ ਸਾਲ ਵੀ ਪੌਦਾ ਇੱਥੇ ਰਹਿੰਦਾ, ਡੇਢ ਸਾਲ ਵੀ ਰਹਿੰਦਾ, ਅਤੇ ਪੌਦੇ ਨੂੰ ਪਲਾਂਟ ਨੂੰ ਕੋਈ ਕਮੀ ਨਹੀਂ, ਕੋਈ ਪਰੇਸ਼ਾਨੀ ਨਹੀਂ ਆਉਂਦੀ। ਠੀਕ ਹੈ ਜੀ, ਇੱਕ ਇੱਥੇ ਲਾਉਂਦੇ ਹਾਂ, ਇੱਕ ਇੱਥੇ ਲਾਉਂਦੇ ਹਾਂ ਜੀ, ਲਿਆਓ ਅੱਬੂ ਜੀ ਕਰਾਓ। ਅਤੇ ਵੀਵਰਸ ਅੱਜ ਹਵਾ ਬਹੁਤ ਜ਼ਿਆਦਾ ਚੱਲ ਰਹੀ ਹੈ, ਜਿਸ ਤਰ੍ਹਾਂ ਕਿ ਤੁਸੀਂ ਵੇਖ ਰਹੇ ਹੋ ਪੌਦਿਆਂ ਦੇ ਤਣੇ ਉਹ ਪੱਤੇ ਹਿੱਲ ਰਹੇ ਨੇ। ਹਵਾ ਬਹੁਤ ਹੀ ਸ਼ਿੱਦਤ ਨਾਲ ਚੱਲ ਰਹੀ ਹੈ, ਮੌਸਮ ਹੁੰਦਾ ਹਵਾ ਦਾ, ਅਤੇ ਹਵਾ ਦੀ ਮੌਸਮ ਨਾਲ ਕੁਦਰਤ ਦੇ ਮਾਮਲਾਤ ਨੇ। ਇਹ ਜਿਹੜੇ ਜਾ ਰਹੇ ਨੇ ਨਾ ਅਪ੍ਰੈਲ ਦਾ ਆਖਰੀ ਹਫ਼ਤਾ ਅਤੇ ਮਈ ਸ਼ੁਰੂ ਹੋਣ ਵਾਲਾ, ਮਈ ਅਤੇ ਜੂਨ ਦੇ ਦਿਨਾਂ 'ਚ ਖੁਸ਼ਕ ਹਵਾਵਾਂ ਚੱਲਦੀਆਂ ਨੇ, ਅਤੇ ਖੁਸ਼ਕ ਹਵਾਵਾਂ ਤੋਂ ਆਪਣੇ ਪੌਦੇ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਹੈ। ਆਪਣੇ ਪੌਦੇ ਨੂੰ ਬਿਹਤਰੀਨ ਤਰੀਕੇ ਨਾਲ ਉਹਦੀ ਅਫਜ਼ਾਇਸ਼ ਦੀ ਹਫਾਜ਼ਤ ਕਰਨੀ ਹੈ, ਉਹਦੀ ਹਫਾਜ਼ਤ ਇਹ ਹੀ ਕਰਨੀ ਹੈ ਕਿ ਉਹਦਾ ਪਾਣੀ ਦਾ ਖਿਆਲ ਰੱਖਣਾ, ਪਾਣੀ ਤੋਂ ਮਰ ਨਾ ਜਾਏ ਪੌਦਾ। ਬਹੁਤਾ ਪਾਣੀ ਪਾ ਕੇ ਅਸੀਂ ਉਹਨੂੰ ਹੀਟ ਆਪਣਾ ਕਰ ਦਈਏ, ਬਹੁਤਾ ਪਾਣੀ ਵੀ ਪਾ ਦਈਏ ਅਤੇ ਜ਼ਮੀਨ ਗਿੱਲੀ ਹੋ ਕੇ ਅਤੇ ਹੀਟ ਅਪ ਹੋ ਕੇ ਅਤੇ ਪੌਦਾ ਗਲ ਜਾਂਦਾ, ਮਰ ਜਾਂਦਾ। ਅਤੇ ਜੇ ਬਿਲਕੁਲ ਥੋੜ੍ਹਾ ਪਾਣੀ ਪਾਈਏ ਤਾਂ ਖੁਸ਼ਕ ਸਾਹਲੀ ਦੀ ਵਜ੍ਹਾ ਨਾਲ ਵੀ ਪੌਦਾ ਮਰ ਜਾਂਦਾ। ਠੀਕ ਹੈ ਜੀ। ਵੈਸੇ ਦੋਸਤੋ ਅੱਜ ਕੱਲ੍ਹ ਬਾਰਿਸ਼ਾਂ ਦਾ ਸਿਲਸਿਲਾ ਇੱਧਰ ਸਾਡੇ ਚੱਲਦਾ ਪਿਆ ਅਤੇ ਬਾਰਿਸ਼ਾਂ ਗਾਹੇ ਬਗਾਹੇ ਹੁੰਦੀਆਂ ਪਈਆਂ ਨੇ, ਅਤੇ ਇਹ ਸਾਡੀਆਂ ਅਜ਼ਮਾਇਸ਼ਾਂ ਨੇ, ਸਾਡੇ ਮਾਮਲਾ ਨੇ ਸਾਡੇ ਨਾਲ। ਠੀਕ ਹੈ ਜੀ। ਜਿਸ ਤਰ੍ਹਾਂ ਕਿ ਇਹ ਤੁਹਾਨੂੰ ਵਿਖਾ ਰਿਹਾ, ਮੈਂ ਵਿਖਾਉਣਾ ਇਹ ਵੇਖੋ ਅਲਹਮਦੁਲਿਲਾ, ਵੇਖੋ ਹਾਂ ਇਹ ਨਿੰਬੂ ਨੂੰ ਕਿੱਡੇ ਹੀ ਪਿਆਰੇ ਬੂਰ ਆਇਆ ਹੋਇਆ ਹੈ, ਬਹੁਤ ਹੀ ਪਿਆਰਾ ਬੂਰ ਆਇਆ। ਅਤੇ
ਅੱਛਾ ਹੈ ਨਿੰਬੂ, ਠੀਕ ਹੈ ਜੀ। ਇਹ ਸਾਡਾ ਕਿੰਨੂ ਹੈ, ਉਹ ਸਾਡੇ ਅੱਗੇ ਉਹ ਫੁੱਲ ਵਾਲੇ ਪੌਦੇ ਨੇ, ਉਹ ਸਾਹਮਣੇ ਦੇਖੋ ਦੂਰੀ ਤੋਂ ਸਰਾਂ ਵਿਖਾ ਰਿਹਾ ਤੁਹਾਨੂੰ, ਫੁੱਲ ਵਾਲੇ ਪਲਵਾਨ ਪਲਾਂਟ ਵੀ ਲੱਗੇ ਹੋਏ ਨੇ। ਵੀਵਰ ਜਿਸ ਤਰ੍ਹਾਂ ਕਿ ਅਸੀਂ ਦੂਸਰੇ ਫਾਰਮ 'ਚੋਂ ਪੌਦੇ ਲੈ ਕੇ ਆਏ ਅਤੇ ਇਹ ਪੌਦਾ ਸਾਡਾ ਟੁੱਟ ਗਿਆ, ਇਹ ਖਤਮ ਹੋ ਗਿਆ, ਪਿਵੰਧ ਤੋਂ ਹਟ ਕੇ ਇਹ ਪਿਵੰਧ ਟੁੱਟਿਆ ਨਾ, ਐਮਰਜੈਂਸੀ ਪੌਦਾ ਖੱਡੀ ਦਾ ਹੁੰਦਾ, ਇਹ ਪਿਵੰਧ ਇਹਦਾ, ਜਿੱਦਾਂ ਇਹ ਪਿਵੰਧ ਇਹਦਾ ਟੁੱਟ ਗਿਆ ਤਾਂ ਪੌਦਾ ਜ਼ਾਇਆ ਹੋ ਗਿਆ, ਯਾਨੀ ਕਿ ਇਹਦਾ ਮੇਨ ਮਕਸਦ ਇਹਦੀ ਨਸਲ ਖਤਮ ਹੋ ਗਈ, ਇਹਦੀ ਅਫਜਾਇਸ਼ ਖਤਮ ਹੋ ਗਈ, ਇਹਦਾ ਕੋਈ ਇਲਾਜ ਨਹੀਂ, ਯਾਨੀ ਕਿ ਇਹ ਜੇ ਕਿਸੇ ਨੂੰ ਅਸੀਂ ਪੌਦਾ ਦੇਵਾਂਗੇ ਤਾਂ ਇਹ ਧੋਖਾ ਹੋਏਗਾ, ਅਗਲੇ ਬੰਦੇ ਨਾਲ ਧੋਖਾ ਹੋਏਗਾ। ਖੱਟੀ ਦਾ ਪਲਾਂਟ ਜਿਹੜਾ ਉਹਦੇ ਉੱਤੇ ਚਾਈਨੀ ਲੈਮਨ ਦੀ ਪਿਵੰਧਕਾਰੀ ਹੁੰਦੀ ਹੈ, ਠੀਕ ਹੈ ਦੋਸਤੋ। ਅਤੇ ਇਹ ਸਾਰਾ ਹੀ ਆਪਣਾ ਚਾਈਨੀ ਲੈਮਨ ਹੈ ਅਤੇ ਇਹਨੇ ਫਰੂਟ ਹੁਣ ਚੁੱਕਣਾ, ਅਲਹਮਦੁਲਿਲਾ ਅੱਲਾਹ ਦੇ ਫਜ਼ਲ ਨਾਲ, ਮਾਲਕ ਸੁਣ ਦੀ ਰਹਿਮਤ ਨਾਲ। ਲਓ ਬਈ ਦੋਸਤੋ, ਇੱਕ ਇਹ ਪਲਾਂਟ ਹੈ ਸਾਡਾ ਅਤੇ ਇਹਨੂੰ ਵੀ ਸੱਟ ਲੱਗ ਗਈ ਹੈ ਅਤੇ ਇਹਦੀ ਮਾਮਲਾ ਜਿਹੜੇ ਨੇ ਖਰਾਬ ਹੋ ਗਏ ਨੇ, ਠੀਕ ਹੈ ਜੀ। ਅਸੀਂ ਇਹਨੂੰ ਕਰਨੇ ਆ ਪੱਟੀ, ਅਤੇ ਪੱਟੀ ਇਹਨੂੰ ਕਾਹਦੇ ਨਾਲ ਕਰਨੀ ਹੈ ਅਸੀਂ, ਇਹ ਵੇਖੋ ਨਾ ਸ਼ੋਪਰ ਹੈ, ਸ਼ੋਪਰ ਨੂੰ ਥੋੜ੍ਹਾ ਜਿਹਾ ਫਾੜਨਾ, ਠੀਕ ਹੈ ਜੀ, ਇਸ ਸ਼ੋਪਰ ਨੂੰ ਥੋੜ੍ਹਾ ਜਿਹਾ ਫਾੜਨਾ, ਫਾੜ ਕੇ ਅਤੇ ਸ਼ੋਪਰ ਨੂੰ ਅਸੀਂ ਇਹਦੇ ਉੱਤੇ ਇਸ ਤਰ੍ਹਾਂ ਅੱਛੇ ਅੰਦਾਜ਼ ਨਾਲ ਲਪੇਟ ਦੇਣਾ, ਲਪੇਟ ਕੇ ਇਹਨੂੰ ਕਰਾਂਗੇ ਪੱਟੀ, ਪੱਟੀ ਕਰਕੇ ਇਹਨੂੰ ਬੰਨ ਲਾਂਗੇ ਤਾਂ ਕਿ ਇਹਦੀ ਜਿਹੜੀ ਹੈ ਨਾ ਚੋਟ ਜਿਹੜੀ ਇਹਨੂੰ ਆਈ ਹੈ, ਇਹਨੂੰ ਜਿਹੜੇ ਮਾਮਲਾ ਖਰਾਬ ਹੋਏ ਨੇ ਉਹ ਅੱਛੇ ਤਰੀਕੇ ਨਾਲ ਇਹਦੇ ਦਰੁਸਤਗੀ ਵੱਲ ਨੂੰ ਚਲਾ ਜਾਣ। ਅਸੀਂ ਇਹਦੇ ਉੱਤੇ ਸ਼ੋਪਰ ਕਰਕੇ, ਸ਼ੋਪਰ ਦੇ ਨਾਲ ਇਹਨੂੰ ਇਸ ਤਰ੍ਹਾਂ ਅੱਛੇ ਤਰੀਕੇ ਨਾਲ ਬੰਨ ਕੇ ਅਤੇ ਜ਼ਮੀਨ 'ਚ ਲਾ ਦੇਣਾ। ਇਹ ਚੰਦ ਦਿਨਾਂ ਦੇ ਵਿੱਚ ਹੀ ਇਹਦੀ ਜਿਹੜੀ ਹੈ ਨਾ ਜਿਹੜੀ ਇਹਨੂੰ ਸੱਟ ਲੱਗੀ ਹੈ, ਜਿਹੜਾ ਜਿੱਥੋਂ ਪੱਟ ਹੈ ਪੌਦਾ ਉੱਥੋਂ ਠੀਕ ਹੋ ਜਾਏਗਾ। ਇਹਨੂੰ ਹੁਣ ਲਾਈਏ ਜ਼ਮੀਨ 'ਚ ਅਤੇ ਪਲਾਂਟ ਨੂੰ ਦੇਖੋ ਫੁੱਲ ਆਏ ਨੇ, ਇਹ ਪਲਾਂਟ ਨੂੰ ਫੁੱਲ ਵੀ ਆਏ ਨੇ, ਜਿਸ ਤਰ੍ਹਾਂ ਕਿ ਇਹ ਲੱਗੇ ਹੋਏ ਨੇ ਫੁੱਲ, ਠੀਕ ਹੈ ਜੀ, ਫੁੱਲ ਵੀ ਆਏ ਨੇ ਪਲਾਂਟ ਨੂੰ, ਅੱਛਾ ਪਲਾਂਟ ਹੈ। ਆਪਾਂ ਕੀ ਮਾਲੀ ਦਾ ਕੰਮ ਆਪਣੇ ਪੌਦੇ ਦੀ ਜਾਨ ਬਚਾਉਣਾ, ਅਤੇ ਅਸੀਂ ਤੁਹਾਨੂੰ ਬਿਹਤਰੀਨ ਟਿਪਸ, ਬਿਹਤਰੀਨ ਮਸ਼ਵਰਾ ਦਿੰਦੇ ਹਾਂ ਕਿ ਆਪਣੇ ਪਲਾਂਟ ਨੂੰ ਕਿਸ ਤਰ੍ਹਾਂ ਤੁਸੀਂ ਹਿਫਾਜ਼ਤ ਕਰਨੀ ਹੈ। ਜਿਹੜੇ ਨਵੇਂ ਵੀਵਰਸ ਨੇ ਮੇਰੇ ਚੈਨਲ ਦਾ ਸਬਸਕ੍ਰਾਈਬ ਕਰੋ, ਚੈਨਲ ਨੂੰ ਲਾਈਕ ਕਰੋ, ਸ਼ੇਅਰ ਕਰੋ, ਅਤੇ ਮਜ਼ੀਦ ਵੀਡੀਓ ਵੇਖਣ ਵਾਸਤੇ ਤੁਸੀਂ ਮੇਰੀ ID 'ਚ ਜਾਓ, ਚੈਨਲ 'ਚ ਜਾਓ, ਜਾ ਕੇ ਅਤੇ ਤੁਹਾਨੂੰ ਅੱਛੀਆਂ ਪਿਆਰੀਆਂ ਖੂਬਸੂਰਤ ਅਤੇ ਵਾਧੂ ਜਿਹੀਆਂ ਵੀਡੀਓ ਮਿਲਣਗੀਆਂ ਇਨਸ਼ਾਅੱਲਾ ਇਨਸ਼ਾਅੱਲਾ। ਦੋਸਤੋ, ਸਿਰਫ ਔਰ ਸਿਰਫ ਇਸ ਪੌਦੇ ਨੂੰ ਗੱਟੂ ਪਾਉਣ ਦਾ ਮਕਸਦ ਇਹ ਹੈ ਕਿ ਇਹ ਪੌਦਾ ਆਰਜ਼ੀ ਅਸੀਂ ਲਾ ਰਹੇ ਹਾਂ, ਇਹਦੀ ਜਾਨ ਬਾਜੇ ਅਤੇ ਜਦੋਂ ਆਪਣੇ ਕਸਟਮਰ ਨੂੰ ਦਈਏ ਤਾਂ ਸਾਡੇ ਕਸਟਮਰ ਦਾ ਪੌਦਾ ਜਾ ਕੇ ਖਰਾਬ ਨਾ ਹੋਏ। ਤੁਹਾਨੂੰ ਬਿਹਤਰੀਨ ਟਿਪਸ ਹੈ, ਬਿਹਤਰੀਨ ਆਈਡੀਆ ਕਿ ਆਪਣੇ ਲੈਮਨ ਦੇ ਪਲਾਂਟ ਨੂੰ ਜਾਂ ਕਿਸੇ ਵੀ ਪਲਾਂਟ ਨੂੰ ਤੁਸੀਂ ਆਰਜ਼ੀ ਲਾਉਣਾ ਚਾਹੁੰਦੇ ਹੋ, ਇਸ ਤਰੀਕੇ ਨਾਲ ਤੁਸੀਂ ਲਾ ਸਕਦੇ ਹੋ। ਲਓ ਬਈ ਦੋਸਤੋ, ਅੱਜ ਦੀ ਮੁਲਾਕਾਤ ਦਾ ਕਰਨੇ ਆ ਇਖਤਤਾਮ। ਦੁਆਵਾਂ 'ਚ ਯਾਦ ਰੱਖਣਾ, ਆਪਣਾ ਅਤੇ ਆਪਣੇ ਪਿਆਰਿਆਂ ਦਾ ਖਿਆਲ ਰੱਖਣਾ। ਇਨਸ਼ਾਅੱਲਾ ਦੁਬਾਰਾ ਫਿਰ ਮੁਲਾਕਾਤ ਹੋਏਗੀ, ਓਨੀ ਦੇਰ ਤੱਕ ਆਪਣੇ ਪਿਆਰਿਆਂ ਦਾ ਖਿਆਲ ਰੱਖਿਓ, ਆਪਣੀ ਤਬੀਅਤ ਦਾ ਖਿਆਲ ਰੱਖਿਓ, ਆਪਣੇ ਰੱਬ ਨਾਲ ਰੋਜ਼ੂ ਰੱਖਿਓ ਅਤੇ ਸਾਨੂੰ ਦੁਆਵਾਂ 'ਚ ਯਾਦ ਰੱਖਿਓ। ਇਨਸ਼ਾਅੱਲਾ ਦੁਬਾਰਾ ਮੁਲਾਕਾਤ ਹੋਏਗੀ, ਓਨੀ ਦੇਰ ਤੱਕ ਮੇਜ਼ਬਾਨ ਨੂੰ ਦਿਓ ਇਜਾਜ਼ਤ, ਅੱਲਾ ਨੇ ਗਿਬਾਨ।